ਗੁੱਡ ਮਾਰਨਿੰਗ एवरीवन ਹਾਂਜੀ ਅੱਜ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਸਟੈਨੋਗ੍ਰਾਫਰ ਦੀਆਂ ਪੋਸਟਾਂ ਆਈਆਂ ਨੇ ਇਹ ਪੋਸਟਾਂ ਪੰਜਾਬ ਐਂਡ ਹਰਿਆਣਾ ਦੋਨਾਂ ਸਟੇਟਾਂ ਦੀਆਂ ਆਈਆਂ ਨੇ ਲੇਕਿਨ ਪੰਜਾਬ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਜ਼ਿਆਦਾ ਨੇਗੀਆਂ ਹਰਿਆਣਾ ਦੇ ਨਾਲੋਂ ਹਾਂਜੀ ਜਿਹੜੀਆਂ ਟੂ ਟਾਈਪਸ ਦੀਆਂ ਪੋਸਟਾਂ ਨੇ ਫਰਸਟ ਹੈ ਸਟੈਨੋਗ੍ਰਾਫਰ ਗ੍ਰੇਡ 3 ਇਹਦੇ ਵਿੱਚੋਂ 225 ਪੋਸਟਾਂ ਨੇ ਕੁੱਲ ਜਨਰਲ ਦੀਆਂ 98 ਪੋਸਟਾਂ ਨੇ ਬਾਕੀ ਸਾਰੀਆਂ ਆਦਰ ਕੈਟਾਗਰੀਆਂ ਦੀਆਂ ਪੋਸਟਾਂ ਨੇ ਐਂਡ ਦੂਸਰੀ ਹੈ ਐਂਟੀਸੀਪੇਟਡ ਵੈਕੈਂਸੀਜ਼ ਸਟੈਨੋਗ੍ਰਾਫਰ ਗ੍ਰੇਡ 3 ਇਹਦੇ ਵਿੱਚ 58 ਪੋਸਟਾਂ ਨੇ ਜਰਨਲ ਦੀਆਂ 42 ਪੋਸਟਾਂ ਨੇ ਹਾਂਜੀ ਇਹਦੇ ਵਿੱਚ ਜਿਹੜੀ ਮਿਨੀਮਮ ਏਜ ਹੈ ਜਰਨਲ ਦੀ ਉਹ 18 ਐਂਡ ਮੈਕਸਿਮਮ ਏਜ 37 ਹੈ ਐਸਸੀ ਆਫ ਪੰਜਾਬ ਮਿਨੀਮਮ ਏਜ 18 ਐਂਡ ਮੈਕਸਿਮਮ 42 ਬੀਸੀ ਆਫ ਪੰਜਾਬ ਮਿਨੀਮਮ 18 ਐਂਡ ਮੈਕਸਿਮਮ 42 ਜੋ ਐਕਸ ਸਰਵਿਸਮੈਨ ਨੇ ਪੰਜਾਬ ਦੇ ਉਹਨਾਂ ਦੀ 18 ਮਿਨੀਮਮ ਹੈ ਐਂਡ ਮੈਕਸਿਮਮ ਉਹਨਾਂ ਦੀ ਜਦੋਂ ਵੀ ਉਹ ਕਿਸੇ ਚੀਜ਼ ਤੋਂ ਰਿਟਾਇਰ ਹੋਏ ਨੇ ਉਦੋਂ 3 ਇਅਰਸ ਬਾਅਦ ਉਹ ਜੁਆਇਨ ਕਰ ਸਕਦੇ ਨੇ ਹਾਂਜੀ ਫਿਜ਼ੀਕਲ ਹੈਂਡੀਕੈਪਟ ਮਿਨੀਮਮ 18 ਐਂਡ ਮੈਕਸਿਮਮ 37 ਕੈਂਡੀਡੇਟ ਹੂ ਆਰ ਆਲਰੇਡੀ ਇਨ ਸਰਵਿਸ ਇਨ ਗਵਰਨਮੈਂਟ ਜਿਹੜੇ ਪਹਿਲਾਂ ਹੀ ਗਵਰਨਮੈਂਟ ਜੌਬ ਤੇ ਨੇ ਉਹਨਾਂ ਦੀ ਮਿਨੀਮਮ 18 ਐਂਡ ਜਿਹੜੀ ਮੈਕਸਿਮਮ ਆ 45 ਹੈ हां जी क्वालिफिकेशन कैंडिडेट uh, जो भी अप्लाई कर uh, करने चाहाव ने ओना uh, दी क्वालिफिकेशन बैचलर डिग्री इन आर्ट्स होनी चाहिए या साइंस होनी चाहिए क्योंकि अलग-अलग टाइप्स या पोस्ट्स हैं जिदे विच साइंस uh, दी भी ਲੋੜ है एंड आर्ट्स दी भी ਲੋੜ है दोनों दे विचो कोई भी एक कीती होनी चाहिए हां जी एंड एक कंप्यूटर दा कोई भी डिप्लोमा किता होना चाहिए छोटा-मोटा जिदे विच ਤੁਹਾਨੂੰ वर्ड प्रोसेसिंग एंड स्प्रेडशीट्स दे बारे नॉलेज होवे हां जी नेक्स्ट ਹੈ ਜਿਹੜਾ ਕੀ ਹੈ ਮੋਡ ਆਫ ਸਿਲੈਕਸ਼ਨ ਸਿਲੈਕਸ਼ਨ ਕਿਸ ਤਰ੍ਹਾਂ ਹੋਏਗੀ हां जी ਇਹ ਜਿਹੜੀ ਸਿਲੈਕਸ਼ਨ ਹੈ ਜਿਹੜੀ ਉਹ ਰਿਟਰਨ ਇਗਜ਼ਾਮ ਥਰੂ ਹੋਏਗੀ ਐਂਡ ਟਾਈਪਿੰਗ ਟੈਸਟ ਹੋਏਗਾ ਜਿਹਦੇ ਵਿੱਚ ਤੁਹਾਨੂੰ ਟਾਈਪਿੰਗ ਕਰਨ ਦਾ ਟਾਈਮ ਦਿੱਤਾ ਜਾਏਗਾ ਉਸ ਅਕੋਰਡਿੰਗ ਤੁਸੀਂ ਟਾਈਪਿੰਗ ਆਪਣੀ ਕੰਪਲੀਟ ਕਰਨੀ ਹੋਏਗੀ ਫੀਸ ਜਿਹੜੀ ਫੀਸ ਹੈ ਜਨਰਲ ਕੈਟਾਗਰੀ ਦੀ 750 ਹੈ ਐਸਸੀ ਬੀਸੀ ਈਐਸਐਮ ਇਹਨਾਂ ਦੀ 200 ਹੈ ਐਂਡ ਜਿਹੜੀ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਦੇ 375 ਹੈ ਹਾਂਜੀ ਜੋ ਵੀ ਇਹ ਫਾਰਮ ਅਪਲਾਈ ਕਰਨ ਦੇ ਚਾਹਵਾਨ ਨੇ ਉਹ ਫਾਰਮ ਅਪਲਾਈ ਕਰ ਸਕਦੇ ਨੇ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਹੈ ਜਿਨ੍ਹਾਂ ਨੂੰ ਕੋਈ ਵੀ ਹੈਲਪ ਦੀ ਲੋੜ ਹੈ ਉਹ ਹੈਲਪਲਾਈਨ ਨੰਬਰ ਤੋਂ ਫੋਨ ਕਰਕੇ ਹੈਲਪ ਲੈ ਸਕਦੇ ਨੇ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੇ ਤੁਸੀਂ ਚਾਹੁੰਦੇ ਤੁਹਾਨੂੰ ਇਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ